ਸਤਿ ਸ਼੍ਰੀ ਅਕਾਲ ਦੋਸਤੋ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਜੋ ਕਿ ਜੁੜੀ ਹੋਈ ਹੈ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਨਾਲ ਐਨਆਈਏ ਦੇ ਕਸਟਡੀ ਦੇ ਵਿੱਚ ਗੈਂਗਸਟਰ ਲੌਰੈਂਸ ਬਿਸ਼ਨੋਈ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਉਸਨੇ ਆਪਣੀ ਟੌਪ ਲਿਸਟ ਨੂੰ ਉਜਾਗਰ ਕੀਤਾ ਇਸ ਸੂਚੀ ਦੇ ਵਿੱਚ ਬੋਲੀਵੁੱਡ 스타 ਸਲਮਾਨ ਖਾਨ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਮੈਨੇਜਰ ਸ਼ਗਨ ਪ੍ਰੀਤ ਵੀ ਸ਼ਾਮਿਲ ਹੈ ਲੌਰੈਂਸ ਨੇ ਫੰਡਿੰਗ ਦੇ ਤਰੀਕੇ ਬਾਰੇ ਵੀ ਦੱਸਿਆ ਐਨਾ ਹੀ ਨਹੀਂ ਅਤੀਕ ਅਸ਼ਰਫ ਦੀ ਮੌਤ ਦੇ ਵਿੱਚ ਵੀ ਹੁਣ ਲਾਰੈਂਸ ਦਾ ਨਾਮ ਜੁੜ ਗਿਆ ਹੈ ਜ਼ਿਕਰਯੋਗ ਹੈ ਕਿ ਹਿਰਨ ਦੇ ਸ਼ਿਕਾਰ ਦੇ ਮਾਮਲੇ ਤੋਂ ਬਾਅਦ ਲਗਾਤਾਰ ਲਾਰਸ ਵਿਸ਼ਨੋਈ ਸਲਮਾਨ ਖਾਨ ਨੂੰ ਖੁੱਲ੍ਹੀਆਂ ਚੁਣੌਤੀਆਂ ਦੇ ਰਿਹਾ ਹੈ ਅਤੇ ਇਸ ਤੋਂ ਇਲਾਵਾ ਆਪਣੇ ਸਹਿਯੋਗੀ ਵਿਕਰਮਜੀਤ ਉਰਫ ਵਿੱਕੀ ਮਿੱਡੂ ਖੇੜਾ ਮਰਡਰ ਕੇਸ ਦੇ ਵਿੱਚ ਲਾਰੈਂਸ ਦੇ ਮੈਨੇਜਰ ਸ਼ਗਨ ਪ੍ਰੇਤ ਨੂੰ ਮੁੱਖ ਦੋਸ਼ੀ ਮੰਨਦਾ ਹੈ ਅਤੇ ਇਹੀ ਕਾਰਨ ਹੈ ਕਿ ਉਸ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਅਤੇ ਸ਼ਗਨ ਪ੍ਰੇਤ ਸਿੰਘ ਵੀ ਉਸ ਦੀ ਟੌਪ ਲਿਸਟ ਦੇ ਵਿੱਚ ਹੈ ਹੁਣ ਲੌਨਸ ਦਾ ਨਾਮ ਬਹੁਬਲੀ ਅਤੇ ਇਕ ਅਹਿਮਦ ਅਤੇ ਅਸ਼ਰਫ ਦੇ ਕਤਲ ਦੇ ਵਿੱਚ ਵੀ ਆ ਰਿਹਾ ਹੈ ਜਿਸ ਰਿਵਾਲ ਵਰ ਤੋਂ atheek ਅਤੇ Ashraf ਨੂੰ ਗੋਲੀਆਂ ਮਾਰੀਆਂ ਗਈਆਂ ਉਹ ਅਮਰੀਕਾ ਤੋਂ ਆਈਆਂ ਸਨ ਲੌਨਸ ਨੇ ਜਾਣਕਾਰੀ ਦਿੱਤੀ ਆ ਕਿ ਸਾਲ 2021 ਦੇ ਵਿੱਚ ਉਸ ਨੇ ਅਮਰੀਕਾ ਤੋਂ ਗੋਲਡੀ ਬਰਾਡ ਜਰੀਏ ਗੋਗੀ ਗੈਂਗ ਨੂੰ ਦੋ ਜਗਾਨਾ ਪਿਸਟਲ ਦਿੱਤੀਆਂ ਸੀ ਦੋਸਤੋ ਉਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਹਾ ਹੈ ਲੌਨਸ ਨੇ ਇਹ ਵੀ ਦੱਸਿਆ ਕਿ ਰਾਜਸਥਾਨ ਦੇ ਭਾਰਤਪੁਰ ਆਪ ਦੇ ਫਰੀਦਕੋਟ ਅਤੇ ਅਤੇ ਹੋਰ ਜੇਲਾਂ ਦੇ ਵਿੱਚ ਰਹਿੰਦੇ ਹੋਏ ਉਸ ਨੇ ਕਦੇ ਰਾਜਸਥਾਨ ਦੇ ਕਾਰੋਬਾਰੀਆਂ ਚੰਡੀਗੜ੍ਹ ਦੇ 10 ਕਲੱਬ ਮਾਲਕਾਂ ਅੰਬਾਲੇ ਦਾ ਮੋਲ ਮਾਲਿਕ ਅਤੇ ਸ਼ਰਾਬ ਕਾਰੋਬਾਰੀਆਂ ਦਿੱਲੀ ਅਤੇ ਪੰਜਾਬ ਦੇ ਸਟੋਰੀਆਂ ਤੋਂ ਕਰੋੜਾਂ ਰੁਪਏ ਜਿਹੜੇ ਉਹ ਇਕੱਠੇ ਕੀਤੇ ਅਤੇ ਇਹਨਾਂ ਸਾਰਿਆਂ ਦੇ ਨੰਬਰ ਗੋਲਡੀ ਬਰਾੜ ਅਤੇ ਕਾਲੇ ਨੇ ਮੁਹੱਈਆ ਕਰਵਾਏ ਸਨ ਚੰਡੀਗੜ੍ਹ ਦੇ ਮਾਲਕਾਂ ਦੇ ਨੰਬਰ ਗੁਰਲਾਲ ਬਰਾੜ ਅਤੇ ਕਾਲਾ ਜਠੇੜੀ ਨੇ ਦਿੱਤੇ ਸੀ ਰਾਜਸਥਾਨ ਦੇ ਕ੍ਰੈਸ਼ਰ ਮਾਲਕਾਂ ਤੇ ਸਟੋਨ ਉਸ ਦੇ ਕੈਨ ਤੇ ਗੈਂਗਸਟਰ ਆਨੰਦ ਪਾਲ ਤੇ ਪ੍ਰਾ ਬਿੱਕੀ ਸਿੰਘ ਅਤੇ ਮਨਜੀਤ ਸਿੰਘ ਨੇ ਪੈਸੇ ਇਕੱਠੇ ਕੀਤੇ ਸਨ ਐਨਆਈਏ ਦੇ ਲੋਨਸ ਤੋਂ ਪੁੱਛ ਤੋਂ ਬਾਅਦ ਅਤੇ ਲੋਨਸ ਦੇ ਹਥਿਆਰਾਂ ਦੀ ਸਪਲਾਈ ਯੂਪੀ ਤੱਕ ਹੋ ਰਹੀ ਹੈ ਡਰੱਗਸ ਤੋਂ ਇਲਾਵਾ ਵਿਸ਼ਨੋਈ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਸ਼ੂਟਰ ਵਿਸ਼ਨੋਏ ਦੇ ਲਈ ਕਈ ਕੰਮ ਕਰ ਰਹੇ ਸਨ ਅਤੇ ਲੋਨਸ ਦੇ 150 ਸ਼ੂਟਰਾਂ ਦੀ ਗ੍ਰਿਫਤਾਰੀ ਪੰਜਾਬ ਦੀ ਪੁਲਿਸ ਅਤੇ ਭਾਰਤ ਦੀ ਖੋਫੀਆ ਏਜੰਸੀਆਂ ਕਰ ਚੁੱਕੀਆਂ ਨੇ ਸੋ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਖੁਲਾਸਾ ਕੀਤਾ ਕੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲੋਰੈਂਸ ਦੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕੋਲੋਂ 6 ਪਿਸਟਲਾਂ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੋ ਹੁਣ ਲਗਾਤਾਰ ਸਿੱਧੂ ਮੂਸੇਵਾਲੇ ਦਾ ਮੈਨੇਜਰ ਅਤੇ ਸਲਮਾਨ ਖਾਨ ਲੋਰੈਂਸ ਵਿਸ਼ਨੋਏ ਦੇ ਲਿਸਟ ਟੌਪ ਤੇ ਆ ਰਹੇ ਨੇ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਇੱਕ ਹੋਰ ਨਵੀਂ ਖਬਰ ਲੈ ਕੇ ਜਲਦ ਹੀ ਆਵਾਂਗੇ ਉਦੋਂ ਤੱਕ ਦੇ ਲਈ ਧੰਨਵਾਦ